ਜੀ ਮਿੱਤਰੋ ਕਿਵੇਂ ਹੀ ਸਾਰੇ ਹੋਪ ਸਾਰੇ ਕੈਂਟ ਹੋਗੇ। ਵੈਲਕਮ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਦਿਵਰਾਜ ਵਲੋਗਸ 'ਤੇ। ਅਤੇ ਬਾਕੀ ਤੁਸੀਂ ਦੇਖਿਆ ਹੋਣਾ ਕੱਲ੍ਹ ਆਪਾਂ ਵਲੋਗ ਪਾਇਆ ਸੀ ਜੀ, ਆਪਾਂ ਲਿਆਂਦਾ KTM 390 ਅਤੇ ਅੱਜ ਆਪਾਂ ਉਹਦੀ ਕਰਾਉਣੀ ਆ ਜੀ ਸਰਵਿਸ। ਅਤੇ ਡੈਡੀ ਜੀ ਸਾਡੇ ਨਾਲ ਸੀਗੇ। ਹਾਂ ਬਾਈ ਆਇਆ ਆਪਣੇ ਕੋਲ ਸਰਵਿਸ ਕਰਾਉਣ। ਆਹ ਬਾਈ ਤੋਂ ਹੀ ਲੈ ਕੇ ਗਏ ਸੀ ਹੈਨਾ, ਇਹਨਾਂ ਦੀ ਉੱਥੇ ਸ਼ੋਪ ਆ ਅਤੇ ਗੁੱਡਵਿਲ ਹੈ ਨਾ। ਅਤੇ ਹੁਣ ਆਪਾਂ ਬਾਈ ਹੁਣ ਸਾਡੀ ਸਰਵਿਸ ਕਰਾਊਗਾ, ਕਿੱਥੋਂ ਕਰਾਉਣੀ ਆ ਸਾਰਾ ਕੁਝ ਦੱਸੂਗਾ ਅਤੇ ਤੁਹਾਨੂੰ ਵੀ ਨਾਲ ਲੈ ਕੇ ਜਾਵਾਂਗੇ। ਅਤੇ ਸਰਵਿਸ ਕੋਸਟ ਵਗੈਰਾ ਸਾਰਾ ਕੁਝ ਦੱਸਦੇ ਹੁਣ KTM ਕੱਢ ਲਈਏ ਫਿਰ ਤੁਹਾਨੂੰ ਮਿਲਦੇ ਹਾਂ। ਕਿੱਦਾਂ ਖੜਾ ਜੀ ਆਪਣਾ KTM, ਪਾਣੀ ਮੰਗਾ ਲਓ ਮੈਂ ਵੀ ਪੀਣਾ। ਅਤੇ ਆਹ ਦਿਵਰਾਜ ਵਲੋਗਸ ਇੰਸਟਾ ਆਪਣਾ Divraj0070 ਆ, ਜਿਹਨੇ ਅਜੇ ਤੱਕ ਫੋਲੋ ਨਹੀਂ ਕੀਤਾ ਫੋਲੋ ਕਰੋ ਜ਼ਰੂਰ। ਅਤੇ KTM ਆਪਾਂ ਹੁਣ ਕੋਲਡ ਸਟਾਰਟ ਤਾਂ ਸਵੇਰੇ ਕੀਤਾ ਹੀ ਹੋਇਆ ਸੀਗਾ, ਇੱਕ ਵਾਰੀ ਫਿਰ ਮਾੜਾ ਜਿਹਾ ਸਟਾਰਟ ਕਰਕੇ ਤੁਹਾਨੂੰ ਦਿਖਾ ਦਿੰਦੇ ਹਾਂ। ਅਤੇ ਬਾਕੀ ਗੈਸ ਹੁਣ ਆਪਾਂ ਇਹਨੂੰ ਬਾਹਰ ਕੱਢਦੇ ਹਾਂ ਫਿਰ ਹੀ ਤੁਹਾਨੂੰ ਮਿਲਾਂਗੇ। ਲੋ ਜੀ ਗੈਸ ਹੁਣ ਆਪਾਂ ਸ਼ੋਪ 'ਤੇ ਆ ਗਏ, ਆ ਬਾਈਕ ਹੁਣ ਟੈਸਟ ਰਾਈਡ ਲੈਣਗੇ। ਲੋ ਜੀ ਟੈਸਟ ਰਾਈਡ, ਇੰਜਨ ਜਿਹੜੀ ਆਵਾਜ਼ ਜ਼ਿਆਦਾ ਕਰਦਾ। ਲੋ ਜੀ ਗੈਸ ਹੁਣ ਆਪਾਂ ਸਰਵਿਸ ਵੀ ਕਰਾ ਲੈਣੀ ਆ, ਹਜੇ ਦੂਸਰਾ ਦਿਨ ਹੋਇਆ ਸੀ ਲਿਆਂਦੇ ਨੂੰ। ਅਤੇ ਆਪਣੀ ਤੁਹਾਨੂੰ ਪਤਾ ਰਾਈਡਿੰਗ ਥੋੜ੍ਹੀ ਰਫ ਆ ਹੈ ਨਾ, ਮੈਂ ਕਿਹਾ ਖਰਾਬ ਨਾ ਹੋ ਜੇ, ਅਤੇ ਇੱਕ ਵਾਰੀ ਆਪਾਂ ਪੂਰਾ ਇੱਕ ਵਾਰੀ ਲੋਟ ਕਰਾ ਹੀ ਲਈ ਹੈ ਹੈ ਨਾ ਕੰਮ, ਕਿਉਂਕਿ ਸਰਵਿਸ ਤਾਂ ਹੁੰਦੀ ਹੋ ਆ ਸੈਕਿੰਡ ਹੈਂਡ ਚੀਜ਼ ਦੀ। ਅਤੇ ਹੁਣ ਦੱਸਣਗੇ ਕੀ ਕੁਛ ਹੋਣਾ ਆ ਅਤੇ ਉਹ ਕੁਛ ਆਪਾਂ ਕਰਾ ਦਿੰਦੇ ਹਾਂ। ਅਤੇ ਹੁਣ ਜੋ ਵਾਪਸ ਆਉਂਦੇ ਫਿਰ ਮਿਲਦੇ ਹਾਂ। ਲੋ ਜੀ ਗਾਇਜ਼ ਹੁਣ ਅੰਦਰ ਖੜ ਗਿਆ ਇਹਨਾਂ ਦੀ ਵਰਕਸ਼ਾਪ 'ਤੇ, ਹੁਣ ਓਪਨ ਹੋਣਾ ਸਟਾਰਟ ਹੋ ਰਿਹਾ। ਕੀ ਹੁਣ ਏਅਰ ਫਿਲਟਰ ਨਿਕਲੂਗਾ? ਪਹਿਲਾਂ ਏਅਰ ਫਿਲਟਰ ਕੱਢੂਗਾ ਬਾਈ ਹੈ ਨਾ। ਅਤੇ ਤੁਹਾਨੂੰ ਏਅਰ ਫਿਲਟਰ ਦੀ ਵੀ ਹਾਲਾਤ ਦਿਖਾਉਂਦੇ ਹਾਂ ਕਿੱਦਾਂ ਦੇ, ਇਸ ਤਾਂ ਪਹਿਲੀ ਵਾਰੀ ਇਹਦੇ ਅੰਤਰਾਂ ਦੇਖਾਂਗੇ ਕਿੱਦਾਂ ਦੀਆਂ ਨੇ। ਸਪਲੈਂਡਰ ਦੀਆਂ ਤਾਂ ਕਿੰਨੀ ਵਾਰੀ ਦੇਖ ਲਈਆਂ ਸੀ ਹੈ ਨਾ, ਅਤੇ ਹੁਣ ਇਹਨੂੰ ਪਹਿਲੀ ਵਾਰ ਸਰਵਿਸ ਕਰਾ ਰਹੇ ਹਾਂ। ਆਹ ਕੀ ਸਿਸਟਮ ਹੁੰਦਾ ਇਹ 'ਚ? ਆਹ ਟਾਪਾ ਇੱਥੋਂ ਖੁੱਲਦਾ ਤਾਰ ਖਿੱਚ ਕੇ, ਆਹ ਵਾਲੀ ਮੈਨੂੰ ਤਾਂ ਵੀ ਨਹੀਂ ਪਤਾ ਸੀਗਾ। ਇਹ ਇੱਥੇ ਬੈਟਰੀ ਹੁੰਦੀ ਆ, ਬਾਕੀ ਪਹਿਲਾਂ ਟੈਂਕ ਕਵਰ ਖੁੱਲੂਗਾ ਹੈ ਨਾ, ਫਿਰ ਇਹਦੇ ਅੰਦਰ ਟੈਂਕੀ ਹੋਊਗੀ ਸਿੰਪਲ। ਅਤੇ ਬਾਕੀ ਹੁਣ ਇਹ ਖੁੱਲ੍ਹ ਜੇ ਫਿਰ ਤੁਹਾਨੂੰ ਦਿਖਾਵਾਂਗੇ ਜੀ। ਗੈਸ ਇਹਦਾ ਟੈਂਕ ਕਵਰ ਖੁੱਲ੍ਹ ਗਿਆ ਸੀ, ਅਤੇ ਹੁਣ ਉਦੋਂ ਬਾਅਦ ਟੈਂਕ, ਹੁਣ ਟੈਂਕ ਖੁੱਲ੍ਹ ਰਿਹਾ, ਟੈਂਕ ਖੁੱਲ੍ਹ ਰਿਹਾ। ਅਤੇ ਆਹ ਇਹਦਾ ECU ਆ, ਇਹਦੇ ਸਿਰ 'ਤੇ ਦਿਮਾਗ ਹੈ ਇਹਦਾ KTM ਦਾ। ਆਹ ਬੈਟਰੀ ਆ, ਪਹਿਲੀ ਵਾਰ ਖੁੱਲ੍ਹਦਾ ਦੇਖ ਰਿਹਾ ਮੈਂ ਵੀ, ਅਤੇ ਤੁਹਾਨੂੰ ਵੀ ਪਹਿਲੀ ਵਾਰੀ ਸ਼ਾਇਦ ਤੁਸੀਂ ਦੇਖ ਰਹੇ ਹੋ। ਆਹ ਫਿਊਜ਼ ਬੋਕਸ ਆ ਦੋ, ਇਹਦਾ ABS ਦਾ ਫਿਊਜ਼ ਕਿੱਥੇ ਹੁੰਦਾ? ABS ਦਾ ਫਿਊਜ਼ ਚੈੱਕ ਕਰ ਲਓ, ਮੈਨੂੰ ਲੱਗਦਾ ਉੱਡਿਆ ਹੋਇਆ ਇਹਦਾ, ਕੰਮ ਨਹੀਂ ਕਰ ਰਿਹਾ, ਇੱਥੇ ਲੈਟ ਜਗਦੀ ABS ਦੀ। ਲਓ ਜੀ ਗਾਇਜ਼ ਹੁਣ ਏਅਰ ਫਿਲਟਰ ਉਹ ਖੁੱਲ੍ਹ ਰਿਹਾ, ਕਲੱਚ ਪਲੇਟ ਬੋਕਸ ਖੁੱਲ੍ਹ ਰਿਹਾ ਹੈ ਨਾ। ਇੰਜਨ ਨਾਲ ਹੀ ਨਿਕਲੂਗਾ ਪਹਿਲਾਂ ਕਿ ਇੱਥੇ ਨਿਕਲ ਜੂ? ਇੱਥੋਂ ਨਾਲ ਹੀ ਨਿਕਲ ਜੂ। ਅਤੇ ਬਾਕੀ ਆਹ ਲਿਸਟ ਆ ਜੀ, ਆਹ ਸਾਰਾ ਸਮਾਨ ਲੈ ਕੇ ਆਉਣਾ ਇਹਦਾ। ਅਤੇ ਇੱਕ ਵਾਰੀ ਪਹਿਲਾਂ ਕਲੱਚ ਪਲੇਟਾਂ ਖੋਲ੍ਹੇ ਹਨ, ਅਤੇ ਕਲੱਚ ਪਲੇਟਾਂ ਆਪਾਂ ਲੈ ਆਉਣੀਆਂ ਜਾ ਕੇ। ਲਓ ਜੀ ਗਾਇਜ਼ ਨਟ ਬੋਲਟ ਸਾਰੇ ਖੁੱਲ੍ਹ ਗਏ ਹਨ, ਅਤੇ ਆਹ ਦੇਖੋ ਨਟ ਬੋਲਟ ਪਏ, ਅਤੇ ਸਾਰੇ ਨਟ ਬੋਲਟ ਖੁੱਲ੍ਹ ਗਏ ਇਹਦੇ। ਅਤੇ ਹੁਣ ਬੋਕਸ ਖੁੱਲੂਗਾ, ਅਤੇ ਉਦੋਂ ਬਾਅਦ ਇੰਜਨ ਨਾਲ ਨਿਕਲੂਗਾ ਇਹ 'ਚੋਂ, ਅਤੇ ਕਲੱਚ ਪਲੇਟਾਂ ਨਿਕਲਣਗੀਆਂ। ਰਾਈਟ ਸਾਈਡ 'ਤੇ ਹੁੰਦੀਆਂ ਹਰੇਕ ਬਾਈਕ ਦੀਆਂ ਲਗਭਗ ਕਲੱਚ ਪਲੇਟਾਂ।
ਵੀ ਗਏ ਆਇਲ ਫਿਲਟਰ ਵਾਲੀ ਦੁਕਾਨ ਤੇ ਆ ਗਏ ਸੀ ਤੇ ਮੋਟਰ ਲੈ ਲੈਣ ਲੱਗੇ ਆ ਤੇ ਨਾਲ 1 ਲੀਟਰ ਆ 1.5 ਲੀਟਰ ਹਾਂ ਡੇਢ ਕਿੰਨੇ ਦਾ ਇਹ ਲੀਟਰ ਦਾ ਬਾਕਸ ਆ ਗਾਇਜ਼ ਆਪਾਂ ਕਲੱਚ ਪਲੇਟਾਂ ਲੈ ਆਏ ਸੀ ਕਲੱਚ ਪਲੇਟਾਂ ਵੀ ਦਿਖਾ ਦਿੰਦਾ ਆ ਤੇ KTM ਤੇ ਲੈ ਕੇ ਆਏ ਸੀ ਸਮਾਨ ਬਹੁਤ ਮਤਲਬ ਔਖਾ ਮਿਲਿਆ ਸਮਾਨ ਮਿਲਦਾ ਨਹੀਂ ਛੇਤੀ ਕਾਰ ਸੀ 390 ਦਾ 200-200 ਦਾ ਮਿਲ ਜਾਂਦਾ ਇਹਦਾ 390 ਦਾ ਕਹਿੰਦੇ ਬਹੁਤ ਔਖਾ ਮਿਲਦਾ ਆ ਤੇ ਲਾ ਲਓ ਅਸੀਂ 12 ਵਜੇ ਆਏ ਸੀ 12 ਵਜੇ ਆਏ ਸੀ ਨਾ ਤੇ ਹੁਣ 3:30-4 ਵਜਣ ਵਾਲੇ ਆ ਤੇ ਹੁਣ ਵੀ ਹੁਣ ਇਹਦੀਆਂ ਬਸ ਹੁਣ ਫਿਟਿੰਗ ਹੋਣੀ ਆ ਸਾਰੀ ਆਪਣਾ ਉਹ ਵੀ ਲਿਆਏ ਆਇਲ ਫਿਲਟਰ ਜੋ ਜੋ ਲੈ ਕੇ ਆਉਣਾ ਸਾਰਾ ਕੁਛ ਲਿਆਏ ਆ ਬਸ ਹੁਣ ਇਹਦੀ ਫਿਟਿੰਗ ਹੋਊਗੀ ਤੇ ਫਿਰ ਆਪਾਂ ਇਹਦਾ ਰਿਸਪੋਂਸ ਦਿਖਾਉਂਦੇ ਹਾਂ ਕੀ ਪਿਕਅਪ ਬਣੀ ਆ ਤੇ ਚਲੋ ਹੁਣ ਹੋ ਜਾਵੇ ਫਿਟਿੰਗ ਆਪਾਂ ਜ਼ਿਆਦਾ ਵਲੋਗ ਬੋਰਿੰਗ ਜਿਹਾ ਨਹੀਂ ਕਰਨਾ ਅਤੇ ਬਾਕੀ ਮੈਂ ਸਾਰਾ ਦਿਖਾ ਦਿੰਦਾ ਤੁਹਾਨੂੰ ਨਾਲ ਦੀ ਨਾਲ ਵਿੱਚ ਸ਼ੋਟ ਪਾਉਂਦਾ ਰਹੂੰਗਾ ਅਤੇ ਕਲੱਚ ਪਲੇਟਾਂ ਵੀ ਆਪਾਂ ਪਾ ਦੇਣੀਆਂ ਨਵੀਆਂ ਲਓ ਜੀ ਗਾਇਜ਼ ਕਲੱਚ ਪਲੇਟਾਂ ਵਾਲਾ ਬਾਕਸ ਹੋ ਰਿਹਾ ਜੀ ਫਿੱਟ ਕਲੱਚ ਪਲੇਟਾਂ ਪੈ ਗਈਆਂ ਸੀ ਵਿੱਚ ਅਤੇ ਹੁਣ ਉੱਤੇ ਨਾਲ ਦੀ ਨਾਲ ਟੈਂਕ ਲੱਗ ਰਿਹਾ ਅਤੇ ਸਪਾਰਕ ਪਲੱਗ ਵੀ ਸਾਫ਼ ਹੋ ਗਿਆ ਸੀਗਾ ਇਹਦਾ ਬਸ ਆਲਮੋਸਟ ਡਨ ਹੀ ਆ ਸਾਰੀ ਸਰਵਿਸ ਅਤੇ ਇਹਦਾ ਇੱਕ ਚੇਨ ਲੂਪ ਹੋਣੀ ਆ ਬਸ ਫਿਰ ਕੰਮ ਡਨ ਆ ਹੈ ਨਾ ਫਿਰ ਸਾਰਾ ਡਨ ਆ ਅਤੇ ਇੰਜਨ ਆਇਲ ਪੈਣਾ ਅਤੇ ਹੁਣ ਨਾਲ ਦੀ ਨਾਲ ਮੈਂ ਦਿਖਾਈ ਜਾਣਾ ਤੁਹਾਨੂੰ ਅਤੇ ਉਸ ਤੋਂ ਬਾਅਦ ਰਿਸਪੋਂਸ ਚੈੱਕ ਕਰਦੇ ਹਾਂ ਕੀ ਬਣਦਾ ਅਤੇ ਕੱਪੋ ਕੱਪ ਕੀ ਕਹਿੰਦੀ ਆ 390 ਦੀ ਲਓ ਜੀ ਗਾਇਜ਼ ਹੁਣ ਮੁਗਲੈਲ ਪੈਣ ਲੱਗਿਆ ਜੀ ਦੇਖੋ ਲਾਲ ਲਾਲ ਮੁਗਲੈਲ ਦੂਜੇ ਬਾਈਕਾਂ ਦਾ ਸਿਲਵਰ ਉਹ ਹੁੰਦਾ ਗੋਲਡਨ ਜਿਹਾ ਇਹਦਾ ਲਾਲ ਹੈ ਮੋਟਰ ਡੇਢ ਕੁ ਲੀਟਰ ਪੈਂਦਾ ਆ ਇਹ 'ਚ ਆਮ ਮੋਟਰਸਾਈਕਲ 'ਚ ਲੀਟਰ 'ਚ 1.5 ਲੀਟਰ ਅਤੇ ਉੱਤੇ ਉਹਦੀ ਕਸੀ ਆ ਰਹੀ ਆ ਬਸ ਡਨ ਹੋ ਜਾਣਾ ਹੁਣ ਜਲਦੀ ਜਲਦੀ ਹੁਣ ਸਟਾਰਟਿੰਗ ਹੋ ਗਈ ਇਹਦੀ ਥੋੜ੍ਹੇ ਟਾਈਮ ਨੂੰ ਇੱਕ ਵਾਰੀ ਤੇਲ ਖਿੱਚ ਲੋ ਗਈ ਮੋਟਰ ਹੈ ਨਾ ਪੂਰੀ ਹੁਣ ਵੱਜੂਗੀ ਇਹ ਸਾਰੀ ਹਾਂਜੀ ਗਾਇਜ਼ ਫਿਰ ਮੈਂ ਘਰੇ ਆ ਗਿਆ ਸੀ ਸ਼ਾਮ ਹੋ ਗਈ ਹੈ ਨਾ ਅਤੇ ਸਰਵਿਸ ਇਹਦੀ ਕਰਾ ਲਈ ਸੀਗੀ ਵਾਸ਼ਿੰਗ ਨਹੀਂ ਕਰਾਈ ਵਾਸ਼ਿੰਗ ਨੂੰ ਟਾਈਮ ਬਹੁਤ ਲੱਗ ਜਾਣਾ ਸੀਗਾ ਅਤੇ ਇੰਨਾ ਟਾਈਮ ਸੀਗਾ ਨਹੀਂ ਆਪਾਂ ਥੱਕ ਗਏ ਸੀ ਮੈਂ ਘਰੇ ਆਈਏ ਚੇਨ ਲੂਪ ਵੀ ਕਰਾ ਲਈ ਅਤੇ ਕਲੱਚ ਪਲੇਟਾਂ ਇਹਦੀਆਂ ਨਵੀਆਂ ਮੈਂ ਦੱਸ ਦਿੰਦਾ ਕਲੱਚ ਪਲੇਟਾਂ ਓਰੀਜਨਲ ਕੰਪਨੀ ਤੋਂ ਉਹਦੀਆਂ ਆਪਣਾ KTM ਤੋਂ ਅਸੀਂ ਪਾਈਆਂ ਨੇ ਅਤੇ 2200 ਦੀਆਂ ਕਲੱਚ ਪਲੇਟਾਂ ਆਈਆਂ ਨੇ ਅਤੇ ਇੰਜਨ ਆਇਲ ਦਾ ਮੋਟੂਲ ਦਾ ਪਿਆ 2050 ਹੈ ਨਾ ਅਤੇ ਉਹ ਸੀਗਾ ਆਲਮੋਸਟ 1600 ਰੁਪਏ ਦਾ ਅਤੇ ਆਪਣਾ 1.5 ਲੀਟਰ ਇਹ 'ਚ ਪੈ ਜਾਂਦਾ ਹੁੰਦਾ 1600 ml ਅਤੇ ਪਰ 1600 ml ਦੀ ਕੋਈ ਬੋਤਲ ਨਹੀਂ ਹੁੰਦੀ ਤਾਂ ਕਰਕੇ ਆਪਾਂ 2 ਲੀਟਰ ਲੈ ਲਿਆ ਸੀਗਾ ਅਤੇ 400 ml ਬਚ ਗਿਆ ਉਹ ਆਪਾਂ ਘਰੇ ਲਿਆਏ ਅਤੇ ਬਾਕੀ ਚੇਨ ਲੂਪ ਸਾਰਾ ਕੁਝ ਡਨ ਹੈ ਹੁਣ ਅਤੇ ਰਿਸਪੋਂਸ ਪੂਰਾ ਘੈਂਟ ਹੈ ਕੱਲ੍ਹ ਮੈਂ ਮੋਟੋ ਵਲੋਗ ਪਾਊਂਗਾ ਇਹਦੇ ਅਤੇ ਤੁਹਾਨੂੰ ਵੀ ਰਿਸਪੋਂਸ ਚੈੱਕ ਹੋ ਜੂਗਾ ਫਸਟ ਵਲੋਗ 'ਚ ਇਹਦੀ ਪਿਕਅਪ ਹੋਰ ਤਰ੍ਹਾਂ ਦੀ ਸੀ ਅਤੇ ਹੁਣ ਇਹਦੀ ਪਿਕਅਪ ਹੋਰ ਤਰ੍ਹਾਂ ਦੀ ਮਤਲਬ ਬਹੁਤ ਜ਼ਿਆਦਾ ਹੀ ਪਾਵਰ ਵੱਧ ਗਈ ਆ ਉੱਤੋਂ ਹੈ 390 ਨਾਲੇ ਹੁਣ ਕਲੱਚ ਪਲੇਟਾਂ ਨਵੀਆਂ ਨੇ ਬਹੁਤ ਜ਼ਿਆਦਾ ਪਾਵਰ ਆ ਅਤੇ ਆਪਾਂ ਹੁਣ ਕੱਲ੍ਹ ਦੇ ਵਲੋਗ 'ਚ ਮਿਲਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਵੀਡੀਓ ਨੂੰ ਲਾਈਕ ਕਰ ਦਿਉ ਨਾਲੇ KTM ਦਾ ਆਪਾਂ ਨਾਮ ਕੀ ਰੱਖੀਏ ਨਾਮ ਵੀ ਕੋਈ ਸੁਜੈਸਟ ਕਰ ਦਿਉ ਆਪਾਂ ਇਹ KTM ਦਾ ਨਾਮ ਕੀ ਰੱਖੀਏ ਕਮੈਂਟਸ 'ਚ ਸੁਜੈਸਟ ਕਰ ਦਿਉ ਨੇਮ ਅਤੇ ਆਪਾਂ ਕੋਈ ਨੇਮ ਆਪਾਂ ਵਿੱਚੋਂ ਚੂਜ਼ ਕਰਕੇ ਨਾਮ ਆਪਾਂ ਇਹਦਾ ਨਾਮ ਰੱਖਣਾ ਹੈ ਅਤੇ ਸਬਸਕ੍ਰਾਈਬ ਕਰ ਦਿਉ ਚੈਨਲ ਨੂੰ ਜ਼ਰੂਰ ਅਤੇ ਫਿਰ ਮਿਲਦੇ ਹਾਂ ਕਿਸੇ ਹੋਰ ਘੈਂਟ ਜਿਹੇ ਵਲੋਗ 'ਚ ਟਿਲ ਦੈਨ ਟੇਕ ਕੇਅਰ ਬਾਏ ਬਾਏ ਲਵ ਯੂ ਆਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ